ਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਨੂੰ ਆਪਣੇ ਵਤਨ ਦੇ ਨਾਲ ਜੋੜਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉੱਤੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਇੱਕ ਐਨਆਰਆਈ ਨੇ ਪੰਜਾਬ ਐਨਆਰਆਈ ਪੁਲਿਸ ਵਿੰਗਾਂ ਉੱਤੇ ਸਵਾਲ ਖੜੇ ਕਰਦੇ ਹੋਏ ਆਪਣੇ ਨਾਲ ਹੋਈ ਵਧੀਕੀ ਨੂੰ ਲੈ ਕੇ ਪਟਿਆਲਾ ਦੇ ਇੱਕ ਨਿੱਜੀ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਐਨਆਰਆਈ ਭਰਤ ਇੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ। ਉਹਨਾਂ ਆਖਿਆ ਕਿ ਫਰਵਰੀ ਵਿੱਚ ਇੱਕ ਸਰਕਾਰੀ ਬੈਂਕ ਤੋਂ ਐਨਓਸੀ ਲੈਣ ਨੂੰ ਲੈ ਕੇ ਉਹ ਪੰਜਾਬ ਆਏ ਅਤੇ ਵੱਖ ਵੱਖ ਵਿਭਾਗਾਂ ਵਿੱਚ ਜਾਣ ਦੇ ਬਾਵਜੂਦ ਉਹਨਾਂ ਦਾ ਕੰਮ ਨਹੀਂ ਹੋਇਆ। ਕੋਈ ਲੋਨ ਸੀਗਾ ਜੀ ਵੀ ਪਟਿਆਲਾ ਕੋਆਪਰੇਟਿਵ ਸੈਂਟਰਲ ਬੈਂਕ ਦੇ ਵਿੱਚ ਬ੍ਰਾਂਚ ਇਹਨਾਂ ਦੀ ਭੁਪਿੰਦਰਾ ਨਗਰ ਬ੍ਰਾਂਚ ਆ ਜੀ, ਅਤੇ ਉੱਥੇ ਲੋਨ ਮੈਂ ਸਾਰਾ ਭਰਤਾ ਜੀ, ਮੈਨੂੰ ਨੋ ਡਿਊ ਸਰਟੀਫਿਕੇਟ ਨਹੀਂ ਇਸ਼ੂ ਕੀਤਾ ਉਹਨਾਂ ਨੇ, ਮੈਨੂੰ ਉਹਨਾਂ ਨੇ ਭਕਾਈ ਕਰਾਈ, ਮੈਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ, ਨਾਲੇ ਮੈਨੂੰ ਉਹਨਾਂ ਨੇ ਵਿੱਤੀ ਤੌਰ 'ਤੇ ਪਰੇਸ਼ਾਨ ਕੀਤਾ ਜੀ, ਹਰਾਸਮੈਂਟ ਕੀਤੀ। ਜ਼ਿਲ੍ਹਾ ਮੈਨੇਜਰ ਰਕੇਸ਼ ਗੋਇਲ ਨੇ ਅਤੇ ਗੁਰਪ੍ਰੀਤ ਕੌਰ ਛਾਬੜਾ ਨੇ ਅਤੇ ਉਹਦੇ ਕੁਛ ਸਹਾਇਕ ਕਰਮਚਾਰੀਆਂ ਨੇ, ਅਤੇ ਉਸ ਤੋਂ ਬਾਅਦ ਉਹਨੇ ਮੈਨੂੰ ਆ ਐਮਵੇ ਦੇ ਪ੍ਰੋਡਕਟ ਪੇਸ਼ ਕੀਤੇ ਅਤੇ ਮੈਨੂੰ ਕਹਿੰਦਾ ਇਹਨਾਂ ਦੇ ਮੈਂਬਰ ਬਣ ਤੂੰ, ਮੈਂ ਮੈਂਬਰ ਬਣਨ ਤੋਂ ਇਨਕਾਰ ਕੀਤਾ ਔਰ ਉਹਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਜੀ, ਅਤੇ ਨਾਲ ਹੀ ਫਿਰ ਮੈਂ ਉਹਨਾਂ ਦੀ ਕੰਪਲੇਂਟ ਵੱਖ ਵੱਖ ਅਦਾਰਿਆਂ 'ਚ ਕੀਤੀ, ਵਿਜੀਲੈਂਸ ਦੇ ਵਿੱਚ ਕੀਤੀ, ਐੱਨ ਆਰ ਆਈ ਵਿਭਾਗ ਨੂੰ ਕੀਤੀ, ਐੱਨ ਆਰ ਆਈ ਵਿਭਾਗ ਵੱਲੋਂ ਵੀ ਕੋਈ ਮੈਨੂੰ ਰਾਹਤ ਨਹੀਂ ਮਿਲੀ। ਉੱਚ ਪੱਧਰੀ ਜਾਂਚ ਦੀ ਮੰਗ ਕਰਦਾ ਜੀ, ਮੈਂ ਸੀ ਬੀ ਆਈ ਤੋਂ ਵੀ ਮੰਗ ਕਰਦਾ, ਮੈਂ ਇਨਕਮ ਟੈਕਸ ਵਿਭਾਗ ਤੋਂ ਵੀ ਮੰਗ ਕਰਦਾ ਕਿ ਜਿਹੜੀ ਇਹਨੇ ਪ੍ਰੋਪਰਟੀ ਬਣਾਈ ਹੈ 2 ਨੰਬਰ ਦੇ ਪੈਸੇ ਨਾਲ ਉਹਦੀ ਜਾਂਚ ਹੋਵੇ।